ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡਾ ਆਪਣੀ ਯੂਟਿਊਬ ਚੈਨਲ ਕਿਊਟ ਬੇਬੀ ਐਂਡ ਪੰਜਾਬੀ ਬਿਊਟੀਫੁੱਲ ਸੂਟਸ 'ਤੇ ਵੈਲਕਮ ਆ। ਹਾਂਜੀ, ਅੱਜ ਆਪਾਂ ਲੈ ਕੇ ਆਏ ਹਾਂ ਪੌਂਚਿਆਂ ਦੇ ਡਿਜ਼ਾਈਨਸ ਕਿ ਕਿੱਦਾਂ ਆਪਾਂ ਪੌਂਚਿਆਂ ਨੂੰ ਲੇਸਿਸ ਦੇ ਨਾਲ ਡਿਜ਼ਾਈਨ ਕਰ ਸਕਦੇ ਹਾਂ, ਕਿੱਦਾਂ ਆਪਾਂ ਉਹਦੇ ਉੱਪਰ ਐਮਬਰਾਇਡਰੀ ਕਰਵਾ ਸਕਦੇ ਹਾਂ। ਇਹ ਪਲਾਜ਼ੋ ਦੇ ਉੱਪਰ ਵੀ ਤੁਸੀਂ ਡਿਜ਼ਾਈਨਸ ਬਣਾ ਸਕਦੇ ਹੋ, ਐਂਡ ਤੁਸੀਂ ਸਲਵਾਰ ਦੇ ਉੱਪਰ ਵੀ ਇੱਦਾਂ ਦੇ ਡਿਜ਼ਾਈਨਸ ਬਣਾ ਸਕਦੇ ਹੋ। ਇਹਨਾਂ ਨੂੰ ਤੁਸੀਂ ਘਰ ਦੇ ਵਿੱਚ ਵੀ, ਜਿੱਦਾਂ ਸਟਿਚਿੰਗ ਆਉਂਦੀ ਹੈ, ਘਰ ਦੇ ਵਿੱਚ ਵੀ ਬਣਾ ਸਕਦੇ ਹੋ, ਕਿਉਂਕਿ ਬਹੁਤ ਹੀ ਜ਼ਿਆਦਾ ਈਜ਼ੀ ਆ। ਪਲੱਸ ਇਹ ਸੋਹਣੇ ਬਹੁਤ ਲੱਗਦੇ ਆ, ਕਿਉਂਕਿ ਆਪਾਂ ਨੂੰ ਜਦੋਂ ਵੀ ਆਪਾਂ ਸੂਟ ਲੈਂਦੇ ਹਾਂ ਤਾਂ ਆਪਣੇ ਫਸਟ ਮਾਇੰਡ ਦੇ ਵਿੱਚ ਹੁੰਦਾ ਆ ਕਿ ਆਪਾਂ ਸਲਵਾਰ ਬਣਾਈਏ ਜਾਂ ਫਿਰ ਆਪਾਂ ਪਲਾਜ਼ੋ ਬਣਾਈਏ, ਹੈ ਨਾ, ਕਿ ਆਪਾਂ ਮਤਲਬ ਬੋਟਮ ਹੈ ਜਿਹੜਾ ਸ਼ਰਟ ਦੇ ਨਾਲ ਬਣਾਈਏ। ਤਾਂ ਇਹਦੇ ਵਿੱਚ ਤੁਸੀਂ ਦੋਨੋਂ ਤਰ੍ਹਾਂ ਦੇ ਆਈਡੀਆਜ਼ ਨੇ, ਚਾਹੇ ਤੁਸੀਂ ਸਲਵਾਰ ਨਾਲ, ਸਲਵਾਰ 'ਤੇ ਵੀ ਬਣਾ ਸਕਦੇ ਹੋ ਇਹਨਾਂ ਨੂੰ, ਐਂਡ ਤੁਸੀਂ ਪਲਾਜ਼ੋ 'ਤੇ ਵੀ ਬਣਾ ਸਕਦੇ ਹੋ। ਇਹ ਇੱਦਾਂ ਦੀਆਂ ਤੁਸੀਂ ਲਾਈਕ ਲੇਸਿਸ ਲਗਾ ਕੇ, ਪਲੱਸ ਤੁਸੀਂ ਥਰੈਡ ਐਮਬਰਾਇਡਰੀ ਕਰਵਾ ਸਕਦੇ ਹੋ। ਇਹਦੇ ਨਾਲ ਤੁਸੀਂ ਸ਼ਰਾਰਾ ਵਗੈਰਾ ਜੋ ਵੀ ਮਤਲਬ ਬਣਾਉਣਾ ਚਾਹੋ, ਸਾਰੇ ਇਹਦੇ ਵਿੱਚ ਆਈਡੀਆਜ਼ ਨੇ। ਅਤੇ ਇੱਦਾਂ ਦੀਆਂ ਆਪਾਂ ਆਈਡੀਆਜ਼ ਹੋਰ ਵੀ ਬਹੁਤ ਲੈ ਕੇ ਆਉਂਦੇ ਰਹਿੰਦੇ ਹਾਂ, ਉਹਨਾਂ ਨੂੰ ਦੇਖਣ ਦੇ ਲਈ। ਪਲੀਜ਼, ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਐਂਡ ਬਣਾ ਕੇ ਜਿਨ੍ਹਾਂ ਨੇ ਵੀ ਬਣਾਇਆ ਵਾ ਉਹਦਾ, ਤੁਸੀਂ ਜੇ ਬਣਾਉਣਾ ਆ ਤਾਂ ਸਕਰੀਨਸ਼ੋਟ ਲੈ ਸਕਦੇ ਹੋ, ਅਤੇ ਜਿਹਨੇ ਵੀ ਬਣਾਇਆ ਆ ਅਤੇ ਕਿੱਦਾਂ ਦਾ ਬਣ ਗਿਆ ਆ ਉਹ ਤੁਹਾਨੂੰ ਆ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਥੈਂਕ ਯੂ ਸੋ ਮੱਚ। ਹਾਂਜੀ, ਸਤਿ ਸ਼੍ਰੀ ਅਕਾਲ।